ਮਾਲਵਾ ਬੈਡਲੇ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ 팬 ਪ੍ਰੋਮ ਨੂੰ ਪਿਆਰ ਭਰੀ ਸਤਿ ਸ਼ਕਾਲ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਪੰਜਾਬ ਪੁਲਿਸ ਦੇ ਵਿੱਚ ਅਕਸਰ ਭਰਤੀਆਂ ਬਾਰੇ ਜਦੋਂ ਕੋਈ ਵੇਰਵਾ ਜਾਰੀ ਹੁੰਦਾ ਤੇ ਬਹੁਤ ਸਾਰੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਬਹੁਤ ਉਤਸ਼ਾਹ ਹੁੰਦੇ ਆ ਵੀ ਸਾਨੂੰ ਹੁਣ ਭਰਤੀ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਕਿਉਂਕਿ ਹਜੇ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜਿਨ੍ਹਾਂ ਦੇ ਸੁਪਨੇ ਵੀ ਇਹੀ ਨੇ ਕਿ ਅਸੀਂ ਜੇਕਰ ਨੌਕਰੀ ਕਰਨੀ ਹੈ ਤਾਂ ਵਰਦੀ ਵਾਲੀ ਕਰਨੀ ਹੈ ਇਸ ਤੋਂ ਇਲਾਵਾ ਕੋਈ ਨੌਕਰੀ ਅਸੀਂ ਕਰਨੀ ਨਹੀਂ ਸੋ ਇਸੇ ਕਰਕੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀਆਂ ਭਰਤੀਆਂ ਹਰ ਸਾਲ ਤਾਂ ਵੇਖਣ ਨੂੰ ਮਿਲਦੀਆਂ ਹੀ ਮਿਲਦੀਆਂ ਤੇ ਨਾਲ ਹੀ ਆਪਾਂ ਨੂੰ ਹੋਰ ਵੀ ਜਿਵੇਂ ਮੈਗਨੇ ਹੁੰਦੇ ਆ ਪੰਜਾਬ ਪੁਲਿਸ ਨਾਲ ਲੱਗਦੇ ਜਿਵੇਂ ਕਿ ਆਪਾਂ ਕੱਲ ਇੱਕ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਪੀਟ੍ਰਿਪਲੱਸਬੀ ਵੱਲੋਂ ਜਿਹੜੀ ਕਿ ਹੈ ਤਾਂ ਪੰਜਾਬ ਪੁਲਿਸ ਦੀ ਭਰਤੀ ਜਿਵੇਂ ਕਿ ਕਹਿਣ ਦਾ ਪਾਵੋ ਜੇਲ ਬਾਰਡਰ ਦੀ ਭਰਤੀ ਤੇ ਮੈਟਰਨ ਜਿਹੜੇ ਕਿ ਕਹਿਣ ਦਾ ਪਾਵੋ ਤੇ ਬਹੁਤ ਸਾਰੇ ਬੱਚੇ ਇਹ ਹੀ ਸੋਚਦੇ ਆ ਵੀ ਇਹ ਸ਼ਾਇਦ ਪੰਜਾਬ ਪੁਲਿਸ ਦੀ ਭਰਤੀ ਨਹੀਂ ਹੈ ਜਾਂ ਕੁਝ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਈਆਂ ਗੱਲਾਂ ਲੈ ਕੇ ਦਿਮਾਗ ਦੇ ਵਿੱਚ ਬੈਠਦੇ ਨੇ ਮਗਰ ਤੁਹਾਨੂੰ ਇਹ ਨਹੀਂ ਪਤਾ ਵੀ ਇਹ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਦੇ ਨਾਲ ਹੀ ਭਰਤੀ ਹੈ ਠੀਕ ਹੈ ਜੀ ਮੰਨਿਆ ਕਿ ਇਹ ਡਿਪਾਰਟਮੈਂਟ ਅਲੱਗ ਹੁੰਦਾ ਹੈ ਜੇਲ ਵਿਭਾਗ ਅਲੱਗ ਹੁੰਦਾ ਹੈ ਮਗਰ ਦੋਸਤੋ ਜਿਹੜੀ ਕਿ ਪੰਜਾਬ ਪੁਲਿਸ ਕਨਸਟੇਬਲ ਦੀ ਤੁਸੀਂ ਤਿਆਰੀ ਕਰ ਰਹੇ ਹੋ ਮਤਲਬ ਜਿਨ੍ਹਾਂ ਨੇ ਹੁਣ ਪੇਪਰ ਦਿੱਤਾ ਹੈ ਉਹਨਾਂ ਲਈ ਤਾਂ ਇੱਕ ਪੈਗਾਮ ਹੈ ਮਤਲਬ ਕਿ ਕਹਿੰਦਾ ਪਰ ਦੂਜਾ ਦੂਸਰਾ ਚਾਂਸ ਹੈ ਜ਼ਿੰਦਗੀ ਦਾ ਵੀ ਜੇਕਰ ਤੁਸੀਂ ਹੁਣ ਤਿਆਰੀ ਕੀਤੀ ਹੋਈ ਹੈ ਪੰਜਾਬ ਪੁਲਿਸ ਦੀ ਕਨਸਟੇਬਲ ਦੀ ਤਾਂ ਡੈਫੀਨਿਟਲੀ ਤੁਹਾਡੇ ਕੋਲ ਹੁਣ ਅਗਲਾ ਚਾਂਸ ਇਹ ਵੀ ਹੈਗਾ ਜੇ ਤੁਸੀਂ ਜੇਲ ਬਾਰਡਰ ਦੀ ਭਰਤੀ ਦਾ ਪੇਪਰ ਭਰ ਕੇ ਉਸ ਪੇਪਰ ਦੀ ਤਿਆਰੀ ਇਸੇ ਤਰ੍ਹਾਂ ਜਿਹੜਾ ਤੁਸੀਂ ਕਰ ਰਹੇ ਹੋ ਮਤਲਬ ਕਿ ਇਦਾਂ ਹੀ ਤੁਹਾਡੀ ਤਿਆਰੀ ਚੱਲ ਰਹੀ ਹੈ ਬਰਕਰਾਰ ਹੈ ਤਾਂ ਡੈਫੀਨਿਟਲੀ ਕੀ ਪਤਾ ਤੁਹਾਡੀ ਉਸ ਦੇ ਵਿੱਚ ਸਿਲੈਕਸ਼ਨ ਲਿਖੀ ਹੋਵੇ ਕਿਉਂਕਿ ਮੇਨ ਮਕਸਦ ਹੈ ਆਪਣਾ ਸਰਕਾਰੀ ਨੌਕਰੀ ਲੈਣਾ ਠੀਕ ਹੈ ਜੀ ਬਹੁਤ ਸਾਰੇ ਬੱਚੇ 10ਵੀਂ 12ਵੀਂ ਪਾਸ ਹੋਏ ਆ ਹੁਣ ਤੇ ਹਰ ਬੱਚਾ ਚਾਹੁੰਦਾ ਵੀ ਸਾਡੇ ਘਰ ਦੇ ਵਿੱਚ ਸਰਕਾਰੀ ਨੌਕਰੀ ਮੈਂ ਲੱਗਾ ਜਾਂ ਮੇਰੀ ਭੈਣ ਜਾਂ ਮੇਰੇ ਦੋਸਤ ਮਿੱਤਰ ਜਿਹੜੇ ਵੀ ਕਹਿੰਦਾ ਪਹੁੰਚਾਉਂਦੇ ਆਂ ਵੀ ਆਸ ਆਲੇ-ਦੁਆਲੇ ਦੇ ਸਾਡੇ ਜਿਹੜੇ ਨੈਤਿਕੀ ਦੀ ਯਾਰ ਮਿੱਤਰਾਂ ਹੀ ਇਕੱਠੇ ਨੌਕਰੀ ਲੱਗੀਏ ਤਾਂ ਕਿ ਆਉਣ ਵਾਲੇ ਸਮੇਂ ਤੱਕ ਅਸੀਂ ਇੱਕ ਦੂਜੇ ਨਾਲ ਕਹਿੰਦਾ ਪਾ ਵਾਰਤਾਲਾਪ ਡਿਪਾਰਟਮੈਂਟ ਦੇ ਵਿੱਚ ਵੀ ਰੱਖੀਏ ਸੋ ਦੋਸਤੋ ਦੇਖੋ ਵੀ ਤੁਹਾਡੇ ਕੋਲ ਸੁਨਹਿਰੀ ਮੌਕਾ ਜਿਹੜਾ ਕਿ ਕੱਲ ਦੀ ਇੱਕ ਪ੍ਰਕਾਸ਼ਿਤ ਹੋਈ ਹੈ ਬਹੁਤ ਵਧੀਆ ਮੌਕਾ ਹੈ ਜ਼ਰੂਰੀ ਨਹੀਂ ਆਪਾਂ ਕਾਂਸਟੇਬਲ ਕੱਲਾ ਪੰਜਾਬ ਪੁਲਿਸ ਦੇ ਡਿਸਟ੍ਰਿਕਟ ਤੇ ਆਮ ਲੈਕਡਰ ਦੇ ਵਿੱਚ ਬਣ ਸਕਦੇ ਆਂ ਆਪਣੇ ਕੋਲ ਇਹ ਚਾਂਸ ਬਹੁਤ ਹੀ ਵਧੀਆ ਮਿਲਿਆ ਵੀ ਲਗਭਗ 175 ਦੇ ਕਰੀਬ ਕੁੜੀਆਂ ਨੂੰ ਮੌਕਾ ਮੁੰਡਿਆਂ ਨੂੰ ਮੌਕਾ ਮਿਲ ਰਿਹਾ ਤੇ ਚਾਰ ਪੋਸਟਾਂ ਜਿਹੜੀਆਂ ਹੈਗੀਆਂ ਕੁੜੀਆਂ ਲਈ ਨਿਕਲੀਆਂ ਨੇ ਜੇਲ੍ਹ ਬਾਰਡਰ ਦੀਆਂ ਤੇ ਇਹ ਹੈ ਪੰਜਾਬ ਪੁਲਿਸ ਦੀ ਭਰਤੀ ਹੈ ਬਹੁਤ ਸਾਰੇ ਬੱਚੇ ਇਸ ਨੂੰ ਇਹੀ ਸੋਚ ਰਹੇ ਆ ਵੀ ਇਹ ਕੀ ਪਤਾ ਹੋਰ ਡਿਪਾਰਟਮੈਂਟ ਚ ਹੋਰ ਡਿਪਾਰਟਮੈਂਟ ਨਹੀਂ ਦੋਸਤੋ ਤੁਸੀਂ ਇੱਕ ਵਾਰੀ ਦਿਮਾਗ ਦੇ ਵਿੱਚ ਕਦੇ ਇਹੋ ਜਿਹੀਆਂ ਗੱਲਾਂ ਤੁਹਾਨੂੰ ਸਮਝਾਈਆਂ ਨਹੀਂ ਕਿਸੇ ਨੇ ਤੁਹਾਨੂੰ ਹਰੇਕ ਨੇ ਇਹੀ ਗਾਈਡ ਕੀਤਾ ਵੀ ਜੇਲ੍ਹ ਬਾਰਡਰ ਜੇਲ੍ਹ ਦੀ ਭਰਤੀ ਅਲੱਗ ਹੁੰਦੀ ਹੈ ਇਸ ਦੀ ਭਰਤੀ ਲੱਗ ਹੁੰਦੀ ਹੈ ਮੰਨਿਆ ਕਿ ਹਰ ਡਿਪਾਰਟਮੈਂਟ ਦੀ ਭਰਤੀਆਂ ਅਲੱਗ-ਅਲੱਗ ਹੁੰਦੀਆਂ ਹਨ ਮਗਰ ਜਿਹੜਾ ਡਿਪਾਰਟਮੈਂਟ ਦਾ ਕੰਮਕਾਜ ਹੈ ਉਹ ਸਾਰਾ ਇੱਕ ਇੱਕ ਹੀ ਹਿਸਾਬ ਨਾਲ ਚੱਲਦਾ ਠੀਕ ਹੈ ਜੀ ਜੇਕਰ ਹੁਣ ਤੁਸੀਂ ਮੰਨ ਲਓ ਕਿ ਡਿਸਟ੍ਰਿਕਟ ਕੈਡਰ ਦੇ ਵਿੱਚ ਜਾਂ ਆਰਮਡ ਕੈਡਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਰਕ ਕਰ ਰਹੇ ਹੋ ਤੁਸੀਂ ਉੱਥੇ ਜੇ ਕ੍ਰਿਮੀਨਲਜ਼ ਨੂੰ ਫੜਦੇ ਹੋ ਤਾਂ ਡੈਫੀਨੇਟਲੀ ਤੁਸੀਂ ਜਿਹੜੇ ਕ੍ਰਿਮੀਨਲਜ਼ ਨੂੰ ਆਪਣੀ ਜੇਲ੍ਹ ਦੇ ਅੰਦਰ ਲੈ ਕੇ ਜਾਓਗੇ ਤਾਂ ਹੀ ਤੁਹਾਡਾ ਫਾਇਦਾ ਹੋਊਗਾ ਉਸ ਡਿਪਾਰਟਮੈਂਟ 'ਚ ਹੋਣ ਦਾ ਐਦਾਂ ਤਾਂ ਹੈ ਨਹੀਂ ਫੜ ਕੇ ਤੁਸੀਂ ਥਾਣਿਆਂ ਦੇ ਵਿੱਚ ਹੀ ਬੈਠੇ ਰਹੋ ਉਸ ਨੂੰ ਜੇਲ੍ਹ ਦੇ ਵਿੱਚ ਲੈ ਕੇ ਜਾਉਂਗੇ ਤਾਂ ਹੀ ਉਸ ਤੇ ਕੇਸ ਜਿਹੜੀ ਕਾਰਵਾਈ ਹੋਈ ਹੋਊਗੀ ਉਸ ਦੇ ਅਕੋਰਡਿੰਗ ਉਸ ਨੂੰ ਸਜ਼ਾ ਮਿਲੂਗੀ ਸੋ ਇਸੇ ਕਰਕੇ ਇਹ ਭਰਤੀ ਪੰਜਾਬ ਪੁਲਿਸ ਦੀ ਹੀ ਭਰਤੀ ਹੈ ਘਬਰਾਉਣਾ ਬਹੁਤ ਸਾਰੇ ਬੱਚੇ ਇਹ ਹੀ ਸੋਚ ਕੇ ਭਰਤੀ ਭਰ ਨਹੀਂ ਰਹੇ ਸੋ ਇਸੇ ਕਰਕੇ ਮੈਂ ਹੁਣ ਤੁਹਾਨੂੰ ਦੱਸ ਰਿਹਾ ਵੀ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ 18 ਤੋਂ 27 ਸਾਲ ਜਨਰਲ ਕੈਂਡੀਡੇਟਸ ਜਿਹੜੇ ਹੈਗੇ ਭਰਤੀ ਭਰ ਸਕਦੇ ਨੇ ਤੇ ਬਾਕੀ 5 ਸਾਲ ਦੀ ਜਿਹੜੀ ਹੈਗੀ ਰਿਲੈਕਸੇਸ਼ਨ ਤੁਹਾਨੂੰ ਪਤਾ ਹੈ ਐਸਸੀ ਬੀਸੀ ਇਕਨੋਮਿਕ ਵੀਕਰ ਸੈਕਸ਼ਨ ਤੇ ਹੋਰ ਵੀ ਬਹੁਤ ਸਾਰੀਆਂ ਕੈਟੇਗਰੀਆਂ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਹੈ ਜਿਵੇਂ ਕਿ ਉਹਨਾਂ ਦੇ ਅਕੋਰਡਿੰਗ 2 ਸਾਲ 3 ਸਾਲ 4 ਸਾਲ ਜਾਂ ਫਿਰ 10 ਸਾਲ ਦੀ ਉਹਨਾਂ ਨੂੰ ਰਿਲੈਕਸੇਸ਼ਨ ਦਿੱਤੀ ਹੈ ਦੋਸਤੋ ਫਾਰਮ ਜਿਹੜੀ ਫੀਸ ਹੈਗੀ ਹੈ ਇਹਨਾਂ ਨੇ ਲਗਭਗ 1100 ਦੇ ਕਰੀਬ ਰੱਖੀ ਹੋਣੀ ਹੈ ਹੁਣ ਤਾਂ ਲਾਈਵ ਵੈਬਸਾਈਟ ਦੇ ਉੱਤੇ ਤਾਂ 250 ਤੋਂ ਲੈ ਕੇ 1000 ਦੇ ਵਿੱਚ ਵਿੱਚ ਦੱਸ ਰਹੇ ਨੇ ਰਿਜ਼ਰਵੇਸ਼ਨ ਕੈਟਾਗਰੀ ਦੇ ਅਕੋਰਡਿੰਗ ਤੋਂ ਲੈ ਕੇ ਜਰਨਲ ਤੱਕ ਬਾਕੀ ਦੋਸਤੋ ਤੁਹਾਡੇ ਕੋਲ ਮੌਕਾ ਬਹੁਤ ਵਧੀਆ 29 ਜੁਲਾਈ ਨੂੰ ਇਹ ਫਾਰਮ ਜਿਹੜੇ ਹੈਗੇ ਆ ਪ੍ਰਕਾਸ਼ਿਤ ਹੋਣੇ ਸੀਗੇ ਮਗਰ ਕੱਲ 26 ਆਪਾਂ ਨੂੰ ਕਹਿੰਦਾ ਪਾਵੇ ਇੱਕ ਡੇਟ ਮਿਲ ਗਈ ਹੈ 26 ਜੀ ਕਹਿੰਦਾ ਪਾ ਜਿਹੜੀ ਹੈਗੀ ਹੈ ਆਪਣੀ ਕੱਲ ਤੋਂ ਹੀ ਸ਼ਾਇਦ ਮੈਨੂੰ ਲੱਗਦਾ ਹੈ ਨੋਟੀਫਿਕੇਸ਼ਨ ਆ ਗਿਆ ਸੀਗਾ ਤੇ ਹੁਣ ਥੋੜੇ ਸਮੇਂ ਤੱਕ ਤੁਹਾਡੇ ਕਹਿੰਦਾ ਪਾ ਆਨਲਾਈਨ ਪੋਰਟਲ ਪ੍ਰੋਪਰ ਤਰੀਕੇ ਨਾਲ ਕੰਮ ਕਰਨ ਲੱਗ ਜਾਊਗਾ ਕਿਉਂਕਿ ਅੱਜ ਵੀ ਮੈਂ ਵੇਖ ਰਿਹਾ ਪੋਰਟਲ ਦੇ ਉੱਤੇ ਕਾਫੀ ਆਪਾਂ ਨੂੰ ਕਹਿੰਦਾ ਪਾ ਔਖਾ ਹੋ ਰਿਹਾ ਹੈ ਲੌਗਇਨ ਕਰਨਾ ਸੋ ਤੁਸੀਂ ਇੱਕ ਦੋ ਦਿਨਾਂ ਤੱਕ ਅਪਲਾਈ ਕਰਨਾ ਸ਼ੁਰੂ ਕਰ ਦਿਓ 20 ਅਗਸਤ ਤੱਕ ਤੁਹਾਨੂੰ ਮੌਕਾ ਹੈਗਾ ਇਹ ਪੋਸਟਾਂ ਤੁਸੀਂ ਖਾਲੀ ਨਹੀਂ ਜਾਣ ਦੇਣੀਆਂ ਤੁਹਾਡੇ ਲਈ ਬਹੁਤ ਵਧੀਆ ਮੌਕਾ ਹੈ ਜੇਕਰ ਤੁਸੀਂ ਕਾਂਸਟੇਬਲ ਦੀ ਤਿਆਰੀ ਕਰ ਰਹੇ ਹੋ ਅਗਲੀ ਗੱਲ ਦੋਸ ਵੀ ਜਿਵੇਂ ਕਿ ਇਹ ਵੈਕੈਂਸੀਜ਼ ਘਟ ਨੇ ਮਗਰ ਇਹ ਬਹੁਤ ਇਹ ਬਹੁਤ ਵਧੀਆ ਗੱਲ ਹੈ ਇੱਕ ਦਿਨ ਚ ਪੇਪਰ ਕੰਡਕਟ ਕਰਾਇਆ ਜਾਣਾ ਇਸ ਦੀਆਂ ਜ਼ਿਆਦਾ ਸ਼ਿਫਟਾਂ ਨਹੀਂ ਹੋਣੀਆਂ ਸੋ ਜਿਹੜਾ ਇੱਕ ਦਿਨ ਦਾ ਪੇਪਰ ਹੁੰਦਾ ਉਸ ਦਾ ਲੈਵਲ ਬਹੁਤ ਲੋ ਹੁੰਦਾ ਮੇਬੀ ਬਹੁਤ ਸਾਰੇ ਬੱਚੇ ਇਸ ਪੇ ਲੈਵਲ ਨੂੰ ਹਾਈ ਵੀ ਚੱਕ ਸਕਦੇ ਨੇ ਕਿਉਂਕਿ ਜੇਕਰ ਬੱਚਾ ਕਨਸਟੇਬਲ ਦੀ ਤਿਆਰੀ ਕਰ ਰਿਹਾ ਡੈਫੀਨਿਟਲੀ ਉਸ ਦੀ ਤਿਆਰੀ ਵਧੀਆ ਹੋਊਗੀ ਤੇ ਉਹ ਹੁਣ ਗਰੰਟ ਅਫੇਅਰ ਦੀ ਖੇਚੂਗਾ ਤਿਆਰੀ ਜਾਂ ਤਾਂ ਥੋੜੀ ਬਹੁਤੀ ਜੀਕੇ ਦੀ ਕਿਉਂਕਿ ਇਹ ਦੋ ਚੀਜ਼ਾਂ ਹੀ ਜਿਹੜੀਆਂ ਅੱਗੇ ਬੱਚੇ ਨੂੰ ਲੈ ਕੇ ਜਾਂਦੀਆਂ 18 ਸਾਲ ਵਾਲੇ ਬੱਚੇ ਜਿਹੜੇ ਹੈਗੇ ਉਹਨਾਂ ਲਈ ਤਾਂ ਬਿਹਤਰ ਮੌਕਾ ਹੀ ਹੈ ਪਲੱਸ 2 ਦੇ ਬਾਅਦ ਹੀ ਉਹਨਾਂ ਨੂੰ ਨੌਕਰੀ ਮਿਲਣ ਦਾ ਠੀਕ ਹੈ ਜੀ ਤੇ ਬਾਕੀ ਦੋਸਤੋ ਜੇਲ ਵਾਟਰ ਦੀ ਜਿਹੜੀ ਭਰਤੀ ਹੈ ਉਸ ਦੇ ਵਿੱਚ ਲਗਭਗ ਆਪਣੇ ਕੋਲ 2 ਘੰਟੇ ਕ ਦਾ ਸਮਾਂ ਹੁੰਦਾ ਐ ਐਗਜ਼ਾਮ ਦਾ ਜਿਸ ਦੇ ਵਿੱਚ ਆਪਾਂ 120 ਕੁਐਸਚਨ ਕਰਨਾ ਹੁੰਦਾ ਹੁਣ ਤੁਸੀਂ ਆਪ ਹਿਸਾਬ ਲਾ ਲਓ ਆਪਾਂ 100 ਕੁਐਸਚਨ ਕਰਦੇ ਆ 2 ਘੰਟਿਆਂ ਵਿੱਚ ਹੁਣ ਆਪਾਂ ਨੂੰ 120 ਕੁਐਸਚਨ ਕਰਨਾ ਪੈਣਾ ਉਸ ਹਿਸਾਬ ਨਾਲ ਤੁਹਾਡੀ ਸਪੀਡ ਹੋਊਗੀ ਤਾਂ ਹੀ ਤੁਸੀਂ ਪੇਪਰ ਨੂੰ ਕਰੈ ਕਰ ਪਾਉਗੇ ਠੀਕ ਹੈ ਆਬਜੈਕਟਿਵ ਟਾਈਪ ਹੁੰਦੇ ਆ ਤੇ ਹਰੇਕ ਨੂੰ ਕਹਿੰਦਾ ਕੋਈ ਨੈਗੇਟਿਵ ਮਾਰ ਹਰ ਕੁਸ਼ਣ ਦਾ 1 ਨੰਬਰ ਮਿਲਣਾ ਹੈ 120 ਦੇ 120 ਨੰਬਰ ਹੈ ਉਸ ਦੇ ਵਿੱਚ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਕਿੰਨੇ ਲੈ ਕੇ ਜਾਓਗੇ ਪਿਛਲੀ ਵਾਰ ਤਾਂ 35 40 ਨੰਬਰਾਂ ਵਾਲੇ ਵੀ ਸਿਲੈਕਸ਼ਨ ਦੇ ਵਿੱਚ ਆ ਗਏ ਸੀ ਕਿਉਂਕਿ ਪਿਛਲੀ ਵਾਰ ਬਹੁਤ ਸਾਰੇ ਬੱਚਿਆਂ ਨੇ ਕਹਿੰਦਾ ਪਵਿੰਨੀ ਤਿਆਰੀ ਨਹੀਂ ਕੀਤੀ ਸੀ ਬਾਕੀ ਆ ਜਨਰਲ ਨੌਲੇਜ ਦੇ ਕੁਸ਼ਣ ਵਗੈਰਾ ਜਿਵੇਂ ਹੈਗਾ ਤੁਹਾਡੇ ਸਾਹਮਣੇ ਪ੍ਰੋਪਰ ਇੱਕ ਕ੍ਰਾਈਟੇਰੀਆ ਰੱਖਿਆ ਹੋਇਆ ਹੈ ਮੈਂ ਸੈਕਸ਼ਨ ਜਿਹੜਾ ਸਾਹਮਣੇ ਇਸ ਦੇ ਅਕੋਰਡਿੰਗ ਹੀ ਪੇਪਰ ਆਣਾ ਹੈ ਤੇ ਤੁਸੀਂ ਹੁਣ ਦੇਖ ਲਓ ਆਪੀ 30 ਕੁਸ਼ਣ ਪੰਜਾਬੀ ਦੇ 30 ਕੁਸ਼ਣ ਇੰਗਲਿਸ਼ ਦੇ 25 ਕੁਸ਼ਣ ਕਹਿੰਦੇ ਪਏ ਆ ਕੰਪਿਊਟਰ ਦੇ 15 ਕੁਐਸਚਨ ਕੰਪੀਟੀਟਿਵ ਐਪੀਟਿਊਡ ਮਤਲਬ ਕਹਿੰਦਾ ਪਾ ਤੁਹਾਡਾ ਮੈਥ ਦੇ ਰੀਜ਼ਨਿੰਗ ਦੇ 15 ਕੁਐਸਚਨ ਬੇਸਿਕ ਲਾ ਐਂਡ ਕਨਸਟੀਟਿਊਸ਼ਨ ਮਤਲਬ ਇੰਡੀਅਨ ਪੋਲਿਟੀ ਦੇ 15 ਕੁਐਸਚਨ ਜਨਰਲ ਨੋਲੇਜ ਦੇ ਤੁਹਾਡੇ 20 ਕੁਐਸਚਨ ਲਗਭਗ ਤੁਹਾਡੇ ਕੋਲ ਹੱਦ ਤੋਂ ਜ਼ਿਆਦਾ ਡਾਟਾ ਤਾਂ ਤੁਹਾਡਾ ਜਿਹੜਾ ਹੈਗਾ ਹੱਦ ਤੋਂ ਜ਼ਿਆਦਾ ਸਿਲੇਬਸ ਤਾਂ ਤੁਹਾਡਾ ਸੋਖੇ ਸਬਜੈਕਟਾਂ ਦੇ ਹੀ ਹੈ ਮੈਥ ਤੇ ਤੁਸੀਂ ਰੀਜ਼ਨਿੰਗ ਲਾ ਲਓ 15 15 ਕੁਐਸਚਨ ਹੈ ਮੰਨ ਲਓ 30 ਨੰਬਰ ਵੀ ਆਪਣੇ ਘਟਦੇ ਆ ਕੋਈ ਚੱਕਰ ਵਾਲੀ ਗੱਲ ਨਹੀਂ ਇਹਦੇ ਵਿੱਚ ਥੋੜੇ ਬੋਤੇ ਤਾਂ ਆਣਗੇ ਨੰਬਰ 15 ਦੇ ਸੋ ਇਸੇ ਕਰਕੇ ਕੰਪਿਊਟਰ ਹੋ ਗਿਆ ਪੰਜਾਬੀ ਹੋ ਗਿਆ ਇੰਗਲਿਸ਼ ਹੋ ਗਿਆ ਜਾਂ ਜੀਕੇ ਆਪਣੀ ਥੋੜੀ ਜਿਹੀ ਵਧੀਆ ਕਰ ਲਵੋ ਡੈਫੀਨਿਟਲੀ ਤੁਹਾਡਾ ਪੇਪਰ ਕਰੈਕ ਹੈ ਬਾਕੀ ਦੋਸਤੋ ਮੀਡੀਅਮ ਦੋਮਾ ਵਿੱਚ ਹੋਗਾ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਪੇਪਰ ਕੰਡਕਟ ਕਰਾਇਆ ਜਾਊ ਜਿਵੇਂ ਕਨਸਟੇਬਲ ਦਾ ਹੋ ਰਿਹਾ ਤੁਸੀਂ ਵੇਖ ਰਹੇ ਹੋ ਤਦਕੜ ਜੇਕਰ ਤੁਹਾਡਾ 5 7 ਹੈਗਾ ਤੇ ਤੁਹਾਡੀ ਛਾਤੀ ਜਿਹੜੀ ਹੈਗੀ 3 33 ਹੈਗੀ ਹੈ ਬਿਨਾ ਫਲਾਏ ਜੇ 5 3 ਕੁੜੀਆਂ ਦਾ ਹੈਗਾ ਤਾਂ ਡੈਫੀਨਿਟਲੀ ਭਰੋ 4 ਪੋਸਟਾਂ ਐ ਭਾਵੇਂ ਕੁੜੀਆਂ ਨੇ ਪਰ ਕੁੜੀਆਂ ਬਹੁਤ ਘੱਟ ਅਪਲਾਈ ਕਰਦੀਆਂ ਇਸ ਪੋਸਟ ਨੂੰ ਸੋ ਐਵੇਂ ਮੌਕਾ ਜਾਣ ਨਾ ਦਿਓ ਕਿਤੇ ਸੋਚੋ ਵੀ 4 ਪੋਸਟਾਂ ਮੈਂ ਭਰਾਂ ਨਾ ਕਿਉਂਕਿ 4 ਪੋਸਟਾਂ ਪਿੱਛੇ ਕਈ ਵਾਰ ਇਦਾਂ ਹੁੰਦਾ 100 150 ਕੁੜੀਆਂ ਨੇ ਮਸਾਂ ਪੇਪਰ ਭਰਿਆ ਹੁੰਦਾ ਉਹਨਾਂ ਵਿੱਚੋਂ ਵੀ 10 15 ਕੁੜੀਆਂ ਨੂੰ ਹੀ ਵਧੀਆ ਤਿਆਰੀ ਹੁੰਦੀ ਆ ਬਾਕੀ ਸਾਰੀਆਂ ਕੁੜੀਆਂ ਕਹਿੰਦਾ ਭਾਵੇਂ ਉਦਾਂ ਹੀ ਪੇਪਰ ਦੇਣ ਜਾਂਦੀਆਂ ਹੁਣ ਠੀਕ ਹੈ ਜੀ ਤੁਸੀਂ ਧਿਆਨ ਦੇਖਿਓ ਇਸ ਚੀਜ਼ ਨੂੰ ਲੈ ਕੇ ਬਾਕੀ ਰੇਸ ਵਗੈਰਾ ਤੁਹਾਡੀ ਸਭ ਕ੍ਰੈਕ ਹੋ ਜਾਊਗੀ 100 ਮ ਬਾ ਜਿਹੜੀ ਆਪਾਂ 1 ਚਾਸ ਮਿੰਨਾ 15 ਸਕਿੰਟ ਚ ਕੱਢਣੀ ਹੈ ਸ਼ਾਰਟ ਪੁੱਟ ਗੋਲਾ ਸੁੱਟਣਾ ਹੈ ਗੋਲਾ ਵੀ ਤੁਹਾਡਾ ਵਧੀਆ ਸੁੱਟਿਆ ਜਾਊਗਾ ਤੇ ਰੋਪ ਕਲਾਈਮਿੰਗ ਤੁਸੀਂ ਆਪਣੇ ਆਪ ਸਿੱਖ ਲਓਗੇ ਕੋਈ ਘਬਰਾਣ ਵਾਲੀ ਗੱਲ ਨਹੀਂ ਇੰਦਾ ਔਖਾ ਟਾਸਕ ਨਹੀਂਗਾ ਬਸ 10 ਦਿਨ ਦੀ ਇੱਕ ਪ੍ਰੈਕਟਿਸ ਹੀ ਆ ਠੀਕ ਹੈ ਜੀ ਬਾਕੀ ਦੋਸਤੋ ਕੁੜੀਆਂ ਲਈ ਵੀ ਇਹੀ ਹੈ ਤੇ ਮੁੰਡਿਆਂ ਲਈ ਵੀ ਇਹੀ ਆ ਬਸ ਗੱਲ ਇਹ ਥੋੜਾ ਬੋਤਾ ਵਾਧ ਘਾਟ ਜਰੂਰ ਲਿਖੀਤੀ ਇਹਨਾਂ ਨੇ ਠੀਕ ਹੈ ਜੀ ਬਾਕੀ ਜਿਹੜੇ ਮੇਰੇ ਵੀਰ ਭੈਣ ਭਰਾ ਜਿਨ੍ਹਾਂ ਨੇ ਪਾਸ ਕਰ ਲਈ ਹੈ ਪਲੱਸ 2 ਤਾਂ ਉਹਨਾਂ ਲਈ ਤਾਂ ਖਾਸ ਕਰੇ ਵਧੀਆ ਮੌਕਾ ਹੈ ਵੀ ਛੋਟਾ ਜਿਹਾ ਸਿਲੇਬਸ ਹੈ ਤੁਹਾਡੇ ਸਾਹਮਣੇ ਰੱਖਿਆ ਹੈ ਤੇ ਤੁਹਾਨੂੰ ਹੁਣ ਬਸ ਇੰਨਾ ਕਾ ਤਿਆਰੀ ਕਰਕੇ ਮੰਨ ਲਓ ਕਿਸੇ ਇੰਸਟੀਚਿਊਟ ਦੇ ਵਿੱਚ ਤੁਸੀਂ ਤਿਆਰੀ ਵੀ ਕਰਦੇ ਹੋ ਹਜੇ ਫਾਰਮ ਭਰਨੇ ਸ਼ੁਰੂ ਹੋਏ ਆ ਸਤੰਬਰ ਅਕਤੂਬਰ ਤੱਕ ਪੇਪਰ ਇਸ ਦਾ ਹੋਊਗਾ ਤਾਂ ਉਦੋਂ ਤੱਕ ਤੁਸੀਂ ਕਹਿਣ ਦਾ ਭਾਅ ਵਧੀਆ ਤਿਆਰ ਹੋ ਜਾਓਗੇ ਕੀ ਪਤਾ ਤੁਹਾਡਾ ਅਲੱਕ ਚੰਗਾ ਹੋਵੇ ਤੇ ਤੁਸੀਂ ਪੇਪਰ ਦੇ ਵਿੱਚ ਵਧੀਆ ਮੱਲ ਮਾਰ ਕੇ ਆਓ ਠੀਕ ਹੈ ਜੀ ਜ਼ਰੂਰੀ ਨਹੀਂ ਆਪਾਂ ਕਾਂਸਟੇਬਲ ਬੰਨਣਾ ਆਪਣੇ ਕੋਲ ਹੋਰ ਬਥੇਰੇ ਚਾਂਸਸ ਮਿਲ ਰਹੇ ਆ ਆਪਾਂ ਨੂੰ ਹੋਰ ਭਰਤੀਆਂ ਦੇ ਜ਼ਰੀਏ ਜਿਵੇਂ ਕਿ ਕਹਿਣ ਦਾ ਆਪਾਂ ਵੀਡੀਓ ਏਡੀਓ ਪਟਵਾਰੀ ਠੀਕ ਹੈ ਐਕਜ਼ਾਈਜ਼ ਇਨਸਪੈਕਟਰ ਲੇਬਰ ਇਨਸਪੈਕਟਰ ਸੀਨੀਅਰ ਅਸਿਸਟੈਂਟ ਇਹੋ ਜਿਹੀਆਂ ਬਹੁਤ ਸਾਰੀਆਂ ਭਰਤੀਆਂ ਕਲਰਕ ਦੀਆਂ ਭਰਤੀਆਂ ਆ ਰਹੀਆਂ ਨੇ ਜੇਕਰ ਤੁਸੀਂ ਸੇਫ ਜੋਬ ਭਾਲਦੇ ਹੋ ਵੀ ਹਾਂ ਵੀ ਅਸੀਂ ਅੱਪਾ ਇੱਕ ਕਮਰੇ ਦੇ ਵਿੱਚ ਬੈਠ ਕੇ ਜੋਬ ਨਿਭਾਣੀ ਹੈ ਜਿਵੇਂ ਆਪਣੇ ਕਹਿਣ ਦਾ ਭਾਵ ਬਹੁਤ ਸਾਰੇ ਬੱਚੇ ਹੁੰਦੇ ਆ ਵੀ ਚਾਹਵਣ ਵੀ ਅਸੀਂ ਵਾਈਟ ਕਾਲਰ ਜੋਬ ਜੀ ਨੂੰ ਕਹਿ ਦਿੰਦੇ ਹੋ ਤੁਸੀਂ ਵੀ ਅਸੀਂ ਦਿਓ ਵਰਦੀ ਨਹੀਂ ਪਾਣੀ ਅਸੀਂ ਰਹਿਣਾ ਇਹਦੇ ਇੱਕ ਪੱਖੇ ਥੱਲੇ ਬੈਠਣਾ ਏਸੀ ਥੱਲੇ ਕਮਰੇ ਦੇ ਵਿੱਚ ਬੈਠ ਕੇ ਜੋਬ ਨਿਭਾਣੀ ਹੈ ਬਸ ਮਿਹਨਤ ਦੁੱਗਣੀ ਚਾਹੀਦੀ ਹੈ ਤੁਸੀਂ ਜਿਹੜੀ ਮਰਜ਼ੀ ਜੋ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੇ ਬੱਚੇ ਨੇ ਘਰ ਦੇ ਨਹੀਂ ਲਾਈਕ ਕਰਦੇ ਡਿਫੈਂਸ ਵਾਲੀਆਂ ਜੋਬਸ ਉਹ ਚਾਹਦੇ ਆ ਵੀ ਸਾਡਾ ਬੱਚਾ ਜਿਹੜਾ ਹੈਗਾ ਇੱਕ ਵਧੀਆ ਜੀ ਜਗ੍ਹਾ ਤੇ ਬੈਠ ਕੇ ਜੋਬ ਨਿਭਾਵੇ ਐਦਾਂ ਨਾ ਹੋਵੇ ਕਿਤੇ ਕਦੇ ਅੱਜ ਇੱਥੇ ਕੱਲ ਉੱਥ ਸੋ ਇਸੇ ਕਰਕੇ ਕਈ ਬੱਚਿਆਂ ਦੇ ਪੇਰੈਂਟਸ ਨਹੀਂ ਅਲਾਉ ਕਰਦੇ ਉਹਨਾਂ ਲਈ ਤਾਂ ਮੈਂ ਇਹੀ ਕਹੂੰਗਾ ਜਿੰਨੇ ਵੀ ਕਹਿੰਦੇ ਆਪਾਂ ਉਹ ਐਗਜ਼ਾਮ ਤੁਹਾਨੂੰ ਲੱਗਦਾ ਵੀ ਕਲਰਿਕ ਦੇ ਆਉਂਦੇ ਸੀਨੀਅਰ ਅਸਿਸਟੈਂਟ ਦੇ ਆਉਂਦੇ ਆ ਤੁਸੀਂ ਵੱਧ ਤੋਂ ਵੱਧ ਪੜੋ ਕਿਸੇ ਨਾ ਕਿਸੇ ਪੇਪਰ ਵਿੱਚ ਤੁਸੀਂ ਮੰਨ ਲਓ ਜ਼ਰੂਰ ਮਾਰੋਗੇ ਸੋ ਉਮੀਦ ਕਰਦਾ ਮੇਰੀ ਵੀਡੀਓ ਤੁਹਾਨੂੰ ਸਮਝ ਆਈ ਹੋਊਗੀ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਮਝਾਈਆਂ ਹੋਣਗੀਆਂ ਹਰ ਇੱਕ ਗੱਲ ਤੁਹਾਡੇ ਖਾਨੇ ਪਈ ਹੋਊਗੀ ਤੇ ਹੋਰ ਬੱਚਿਆਂ ਨੂੰ ਮੈਂ ਮੈਂ ਇਹੀ ਕਹੂੰਗਾ ਬਸ ਇਸ ਨੂੰ ਵੱਧ ਤੋਂ ਵੱਧ ਅਪਲਾਈ ਕਰੋ ਤੇ ਜੇਕਰ ਦੇਖਿਆ ਜਾਊਗਾ ਜੋ ਰਿਜ਼ਲਟ ਬਣੂਗਾ ਬਾਕੀ ਕਨਸਟੇਬਲ ਦੇ ਵਿੱਚ ਵੀ ਬਹੁਤ ਸਾਰੇ ਬੱਚਿਆਂ ਨੇ ਅਪਲਾਈ ਕੀਤਾ ਸੀ ਜਿਹੜਾ ਨਿਖਰ ਕੇ ਆਂਦਾ ਉਹੀ ਬੱਚਾ ਬਣਦਾ ਸੋ ਕਰੀਮ ਬੱਚਾ ਹੀ ਜਿਹੜਾ ਹੈਗਾ ਸਿਲੈਕਸ਼ਨ ਲਊਗਾ ਇਸ ਭਰਤੀਆਂ ਦੇ ਵਿੱਚੋਂ ਜਿਹੜਾ ਬੱਚਾ ਸਿਰਫ ਉਦਾਂ ਹੀ ਪੜ ਰਿਹਾ ਉਹਦਾ ਮੈਨੂੰ 100% ਲੱਗ ਨਹੀਂ ਰਿਹਾ ਸੋ ਜਿਸੇ ਕਰਕੇ ਆਪਣੀ ਮਿਹਨਤ ਦੁੱਗਣੀ ਕਰ ਲੋ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓਜ਼ ਨੂੰ ਤਾਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੀਡੀਓਜ਼ ਦੇ ਜ਼ਰੀਏ ਆਪਾਂ ਤੁਹਾਨੂੰ ਜਾਣਕਾਰੀਆਂ ਦੇ ਸਕੀਏ ਤੇ ਦੋਸਤੋ ਉਮੀਦ ਕਰਦਾ ਜੇਕਰ ਤੁਹਾਨੂੰ ਕਿਸੇ ਵੀ ਗੱਲ ਦਾ ਕਹਿਣ ਦਾ ਪਵ ਲੱਗਦਾ ਵੀ ਤੁਹਾਨੂੰ ਵੀ ਅਸੀਂ ਪੁੱਛਣੀ ਹੈ ਸਰ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਲਈ ਹਮੇਸ਼ਾ ਅਸੀਂ ਅਵੇਲੇਬਲ ਹੁੰਨੇ ਆ ਸੋ ਠੀਕ ਹੈ ਜੀ ਮਿਲਦੇ ਆ ਅਗਲੀ ਵੀਡੀਓ ਧੰਨਵਾਦ ਤੇ ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਹਿੰਦ